हाँ जी, सत श्रीकाल महाराज। मैं निर्मल, दिन हैगा 24 अगस्त, साड़ी नकोदर जाने की तैयारी है। तो अज मेले भी अज तो चालू आ, तो असी हुण उत्थे जा के मत्था टेकांगे, जिदा कि हर विवाह लड़ी चलती साड़ी कि असी नकोदर जाने हाँ, तो उहदे तहत ही जा रहे अज। तो दिन आ गया 24 अगस्त, तो मैं ओ देखो साड़ी फाइनली गड्डी भी आ ही गई है। जी जी जी, जय साईं जी। लो जी, पहुंच गए बाबा मराज शाह जी के दरबार के। उपरों सजावट देखो चाननिया की कितनी सोहनी है। स्टार्टिंग से ही इधर बोर्ड लगे आ, तो पहलवाना की फोटो बिल्कुल। इधर देखो दरबार सजाया गया। इधर 24-25 अगस्त बा शकील सेवा। इधर दुकाना सजनिया शुरू हो चुकी हैं, मेले दी रौनक चालू आ। अज साडे नाल साहिल आ, ओ अगे रामपुरी जा रहा, जिहड़ा कि थोड़े दिन पहला ही रिश्ता हो गया। तो इधर रिक्की वीर जी आ, ते आ भाई अपने नाल नवे आए आ। गड्डिया की पार्किंग इधर लवा दी इन्हां ने, खूबसूरत नजारा। किन्ने सवेर के किन्ने बजे आ साहिल? साहिल किन्ने बजे आ? 4:55 4:55 सवेर दे। वाह देखो, दूरों दूरों आए रास्ते, लोग पैदल भी आ रहे थे। फ्लोर देखो असी देखे, तो बहुत दूर दूर लोग आ रहे। उस तड़के ही इन्ना रश हो जूगा। देखो गेट, देखो साईं जी की कृपा दे नाल। देखो जय साईं जी, देखो इधर प्रसाद का इन्होंने प्रबंध किया कि बहुत वड्डा स्टॉल लगाया, और दो गेट चालू किए, एक इधर चालू किया और एक इधर जेड़ा गेट। सवेर तो देखो किन्ना रश है संगत का। दरबार की बोल साचे दरबार की जय, बोल साचे दरबार की जय। नीचे देख के मेरा भी गया।
ਸਾਈਂ ਦੇ ਮੇਲੇ 'ਚ ਬਹੁਤ ਸਾਰੀਆਂ ਖੁਸ਼ੀਆਂ ਸਾਨੂੰ ਮਿਲੀਆਂ। ਡੇਰੇ ਦਾ ਕੋਨਾ ਕੋਨਾ ਦੇਖ ਲਿਆ, ਅੱਜ ਜਿੱਥੇ ਨਹੀਂ ਵੀ ਕਿਤੇ ਦੇਖਿਆ ਉੱਥੇ ਵੀ ਦੇਖ ਲਿਆ। ਜਿਹੜਾ ਫੁਹਾਰਾ ਨਹੀਂ ਚੱਲਦਾ ਸੀ ਉਹ ਵੀ ਅੱਜ ਚੱਲਦਾ ਪਿਆ। ਜਿਹਨੇ ਇੱਥੇ ਬਹਿ ਕੇ ਲਾਈਵ ਦੇਖਣਾ ਚਾਹੁੰਦਾ ਉਹ ਇੱਥੇ ਵਾਸਤੇ ਸਾਈਂ ਜੀ ਨੇ ਵਿਵਸਥਾ ਕੀਤੀ ਹੈ। ਜਿਹੜੇ ਉੱਧਰ ਜਾਣਾ ਚਾਹੁੰਦੇ ਆ ਉੱਧਰ ਦੀ ਲੰਗਰ ਹਾਲ ਬਾਹਰ ਆ ਵਾਪਸ ਆ ਰਹੇ ਨੇ ਸਾਹਿਲ ਜੀ। ਇੱਧਰ ਸਟੇਜ ਹੈ ਜੀ ਸਾਈਂ ਜੀ ਦੀ, ਅਤੇ ਇਹ ਤੁਹਾਨੂੰ ਤੜਕੇ ਸਵੇਰ ਦੇ ਲਗਭਗ 6 ਵਜੇ ਦੇ ਦਰਸ਼ਨ ਹੈਗੇ ਆ। ਇੱਧਰ ਸਾਰਾ ਹਾਲ ਪੂਰਾ ਖਚਾ ਖਚ ਭਰਿਆ ਹੋਊਗਾ ਔਰ ਉਹ ਵੱਡਾ ਸਾਰਾ ਸਾਈਂ ਜੀ ਦੇ ਪੱਖਾ ਲੱਗਿਆ ਹੋਇਆ। ਮੇਰਾ ਵੀ ਪਹਿਲੀ ਵਾਰੀ ਇੱਥੇ ਦੇਖਿਆ ਜਾਂ ਰਾਜਾ ਸਾਹਿਬ ਦੇਖਿਆ ਸੀਗਾ, ਅਤੇ ਇੱਧਰ ਹਾਲ ਹੈਗਾ ਆ ਜਿੱਥੇ ਕਿ ਲੰਗਰ ਚੱਲੂਗਾ। ਲੰਗਰ ਚੱਲੂਗਾ ਨਾ ਵੀਰ ਜੀ, ਇੱਥੇ ਰਾਮ ਜੀ ਸਾਨੂੰ ਦੱਸ ਰਹੇ ਇੱਥੇ ਲੰਗਰ ਚੱਲੂਗਾ ਨਾ, ਅਤੇ ਸਾਹਿਲ ਜੀ ਨੇ ਪਹਿਲਾਂ ਆ ਚੁੱਕੇ ਅਸੀਂ ਤਾਂ। ਹਾਂ ਇਹ ਸਵੇਰੇ 6 ਵਜੇ ਲੰਗਰ ਛਕਣ ਪਹੁੰਚ ਗਿਆ। ਅੱਛਾ ਇਹ ਸਟੇਜ 'ਤੇ ਕੀ ਹੁੰਦਾ ਸਾਹਿਲ? ਕੁਛ ਹੋਰ ਭਾਜੀ, ਇਹ ਫੋਬੀਆ ਹੋ ਜਾਂਦਾ ਮੈਂ ਦੇਖਿਆ ਤਕਰੀਬਨ, ਜਿੱਦਾਂ ਕੈਮਰੇ ਨੂੰ ਦੇਖ ਕੇ ਨਾ ਤਕਰੀਬਨ ਹਰੇਕ ਨੂੰ ਹੀ। ਹਾਂ ਸਵਾਸਤਿਕ ਦਾ ਨਿਸ਼ਾਨ ਬੂਟਿਆਂ ਦੇ ਵਿੱਚ ਹੈ। ਹਾਂਜੀ ਹਾਂਜੀ ਜੈ ਬਾਬਾ ਜਿੰਦਾ। ਇੱਥੇ ਲੰਗਰ ਰੱਖਿਆ ਜਾਊਗਾ ਨਾ ਸਾਰਾ ਵਰਤਾਉਣ ਵਾਸਤੇ। ਦੇਖੋ ਜੀ ਭਾਈ ਸਤਿ ਸ਼੍ਰੀ ਅਕਾਲ ਜੀ,
ਚਲੀਏ ਵੀਰ ਜੀ ਜਲਦੀ ਜਲਦੀ ਯਾਰ, ਫਿਰ ਆਪਾਂ ਲਾਲ ਬਾਦਸ਼ਾਹ ਜੀ ਮੱਥਾ ਟੇਕ ਕੇ ਯਾਰ ਮੈਂ ਜੈ ਹੋ ਮਸਤ ਸੱਚੇ ਦਰਬਾਰਾਂ ਦੀ ਜੈ ਹੋ ਜੈ ਹੋ ਜੈ ਹੋ ਸੱਚੀਆਂ ਸਰਕਾਰਾਂ ਦੀ। ਅੱਛਾ ਜੀ ਜੈ ਸਾਈਂ ਜੀ ਜੈ ਸਾਈਂ ਜੀ। ਇੱਥੇ ਸਟੇਜ ਲੱਗੀ ਆ ਭਾਈ, ਦੇਖੋ ਕਿੰਨੀ ਸੋਹਣੀ। ਟਾਈਮ ਲਗਭਗ ਸਵੇਰ ਦੇ 6 ਵੱਜਣੇ ਹਾਲੇ। ਹਾਂਜੀ ਹਾਂਜੀ ਕੋਈ ਜ਼ਿੰਦਗੀ ਪਈ ਚੱਲਾਂ। ਇਹਦਾ ਯਾਰ ਪੰਗਾ ਵੀ ਬਹੁਤ ਆ, ਇਹਦਾ ਫਾਇਦਾ ਵੀ ਬਹੁਤ ਆ। ਜੈ ਹੋ ਸਾਈਆਂ ਵਾਸਤੇ ਜੈ ਮਸਤਾਂ ਦੀ ਜੀ। ਕਮੈਂਟ ਬਾਕਸ ਵਿੱਚ ਜ਼ਰੂਰ ਲਿਖਣਾ, ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ। ਧੰਨਵਾਦ ਜੀ। ਜੈ ਹੋ ਦੇਖੋ ਸ਼ਹਿਰ ਦੀਆਂ ਰੌਣਕਾਂ, ਟਾਈਮ ਸਮਾਂ ਸਵੇਰ ਦੇ 6 ਵਜੇ। ਮੇਲੇ ਵਰਗਾ ਹੜ ਤਾਂ ਇੱਥੇ ਦਿਨ ਹੀ ਆਇਆ ਪਿਆ ਹੜਕੇ ਹੀ, ਅਤੇ ਅਗਰ ਦਿਨੇ ਇੱਥੇ ਬਹੁਤ ਜ਼ਿਆਦਾ ਕਰਾਊਡ ਹੋਊਗਾ, ਕਿਉਂਕਿ ਲੋਕ ਬਹੁਤ ਦੂਰੋਂ ਦੂਰੋਂ ਜਿਹੜੇ ਕਿ ਕਈ ਤਾਂ ਪੈਦਲ ਆ ਰਹੇ ਜਿਹੜੇ। ਜੈ ਸਾਈਂ ਜੀ ਜੈ ਸਾਈਂ ਜੀ। ਉਹ ਅੱਗੇ ਮੇਰੇ ਜਿਹੜੇ ਮੈਨੂੰ ਲਿਆਉਣ ਵਾਲੇ ਆ ਰਿੱਕੀ ਬਾਬੂ ਜੀ, ਉਹ ਵੀ ਆਏ ਆ ਅਤੇ ਸਾਰੇ ਯਾਰ ਬੇਲੀ। ਦੇਖੋ ਮੇਲੇ ਦੀਆਂ ਰੌਣਕਾਂ ਹੁਣ ਬਹੁਤ, ਮਤਲਬ ਅਲੱਗ ਜਿਹਾ ਨਜ਼ਾਰਾ ਆਇਆ ਬਹੁਤ ਜ਼ਿਆਦਾ। ਚਾਹੇ ਰਸ਼ ਸੀਗਾ ਪਰ ਕਹਿੰਦੇ ਨਾ ਗੁਰਦਾਸ ਮਾਨ ਸਾਹਿਬ ਵੀ ਕਹਿੰਦੇ ਆ ਕਿ ਭੀੜ 'ਚ ਇਕੱਲੇ ਰਹਿਣ ਦਾ ਬਹੁਤ ਸਵਾਦ ਆ, ਉਹੀ ਸਵਾਦ ਆਇਆ ਬਸ ਅੱਜ। ਜੈ ਸਾਈਂ ਜੀ। ਇੱਥੇ ਹੀ ਵੀਡੀਓ ਨੂੰ ਖਤਮ ਕਰਨ ਦੀ ਇਜਾਜ਼ਤ ਦਿਓ। ਧੰਨਵਾਦ। ਜੈ ਸਾਈਂ ਜੀ ਜੈ ਸਾਈਂ ਜੀ। ਹਾਂ ਪੁੱਤ ਉੱਠ ਖੜੇ ਆ।